ਵੇ ਤੁਹਾਡੇ ਚ ਤਾਕਤ ਕਿੱਥੋਂ ਆਉਂਦੀ ਬਈ ਅਸੀਂ ਤਾਂ ਇੱਕ ਅੱਧਾ ਕੇਸ ਸੁਣ ਕੇ ਹਿਲ ਜਾਂਦੇ ਆ ਬਈ ਲੋਕ ਤਾਂ ਤੁਹਾਡੀ ਇੱਕ ਵੀਡੀਓਜ਼ ਦੇਖ ਕੇ ਰੋਣ ਲੱਗ ਜਾਂਦੇ ਨੇ ਤੁਹਾਡੇ ਚ ਐਸੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਰੋਜ਼ ਇੰਨੇ ਸਾਲਾਂ ਤੋਂ ਬਈ ਲੱਗੇ ਹੋਏ ਹੋ ਲੱਗੇ ਹੋਏ ਹੋ ਕਿਹੜੀ ਚੀਜ਼ ਤੁਹਾਨੂੰ ਬਾਰ-ਬਾਰ ਉਹੀ ਕੰਮ ਬਈ ਉਹੀ ਕੇਸ ਸਾਰੀ ਤੁਸੀਂ ਲਾਈਫ ਡੈਡੀਕੇਟ ਕਰਤੀ ਬਈ ਅਨਮੋਲ ਹਾਲਾਤ ਆ ਨਾ ਜਿਹੜੇ ਦੇਖੋ ਅਸੀਂ ਕਰੇ ਸੋਚਿਆ ਹੀ ਨਹੀਂ ਸੀ ਢਾਬੇ ਤੇ ਅਸੀਂ ਤਾਂ ਜਿਵੇਂ ਪਤਾ ਬਿਜ਼ਨਸ ਕਰਨ ਗਏ ਸੀ ਅਸੀਂ ਤਾਂ ਮਤਲਬ ਹੋਰ ਹੀ ਕਿਸੇ ਨੀਅਤ ਨਾਲ ਗਏ ਸੀ ਉੱਥੇ ਜੀ ਪਰ ਪਤਾ ਨਹੀਂ ਸੱਚੇ ਪਾਤਸ਼ਾਹ ਨੂੰ ਕੀ ਮਨਜ਼ੂਰ ਸੀ ਮੈਂ ਅੱਗੇ ਵੀ ਅਕਸਰ ਗੱਲ ਕਰਦਾ ਵੀ ਅਸੀਂ ਕਰ ਨਹੀਂ ਰਹੇ ਹੋ ਰਿਹਾ ਹੂੰ ਇਹ ਚੀਜ਼ ਕੀਤੀ ਨਹੀਂ ਜਾ ਸਕਦੀ ਆਪਾਂ ਜੇ ਇਸ ਕਮਰੇ 'ਚ ਬੈਠੇ ਆ ਇੱਥੇ ਜੀ ਇਹ ਹੋ ਰਿਹਾ ਹੈ ਕੀਤਾ ਨਹੀਂ ਜਾ ਸਕਦਾ ਕਿੰਨੇ ਮਹੀਨਿਆਂ ਤੋਂ ਆਪਣੀ ਗੱਲ ਚੱਲਦੀ ਸੀ ਪਰ ਅੱਜ ਹੀ ਸਮਾਂ ਤੈਅ ਹੋਇਆ ਜੀ ਬਾਈ ਤੇ ਵਾਹਿਗੁਰੂ ਨੇ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਸਾਨੂੰ ਫਲ ਦਿੱਤਾ ਸੱਚੇ ਪਾਤਸ਼ਾਹ ਨੇ ਮਤਲਬ ਜਦੋਂ ਅਸੀਂ ਇਹ ਚੀਜ਼ਾਂ ਨੂੰ ਦੇਖਦੇ ਆ ਇੰਨਾ ਕਿ ਮਤਲਬ ਆਪਣੇ ਅੰਦਰ ਕੋਈ ਇਹੋ ਜਿਹੀ એનર્ਜੀ ਮਹਿਸੂਸ ਕਰਦੇ ਆ ਨਾ ਤਾਂ 스ਮੈਲ ਆਉਂਦੀ ਆ ਨਾ ਇਦਾਂ ਫੀਲ ਹੁੰਦਾ ਵੀ ਇਹ ਗੰਦਾ ਅੱਜ ਉਹ ਬਾਪੂ ਜਿਵੇਂ ਤੁਹਾਨੂੰ ਦੱਸਿਆ ਜੇਬਾਂ ਚ ਟਾਇਲਟ ਪਰ ਹੀ ਫਿਰਦਾ ਸੀ ਮਤਲਬ ਅਸੀਂ ਉਹਦੇ ਕੋਲੇ ਬੈਠ ਕੇ ਗੱਲਾਂ ਕੀਤੀਆਂ ਉਹਨੂੰ ਐਪਲ ਕੱਟ ਕੇ ਮੈਂ ਖਵਾਇਆ ਭੁੱਖਾ ਸੀ ਵਿਚਾਰਾ ਮਤਲਬ ਉਹ ਅੱਖਾਂ ਤੋਂ ਅੰਨਾ ਹੱਥਾਂ ਤੇ ਗਲਵਜ਼ ਪਾਏ ਹੋਏ ਆ ਗੰਦੇ ਡੱਡੇ ਲੰਬੇ ਨਾ ਉਹ ਆ ਵਿਚਾਰਾ ਉਵੇਂ ਟਾਇਲਟ ਫਸੀ ਹੋਈ ਹੈ ਵਿੱਚ ਬੈਠਾ ਮਤਲਬ ਇਹ ਸਾਡੀ ਸੋ ਸਮਝ ਤੂੰ ਸਾਡੀ ਕੋਈ ਤਾਕਤ ਨਹੀਂ ਵੀ ਅਸੀਂ ਇਦਾਂ ਦੇ ਬੰਦੇ ਨਾਲ ਬੈਠ ਜੀਏ ਜਾ ਉਹਨੂੰ ਚੱਕ ਕੇ ਜੱਫੀ ਪਾ ਲਈਏ ਜਾਂ ਚੱਕ ਕੇ ਗੱਡੀ 'ਚ ਬਿਠਾ ਲਈਏ ਜਾਂ ਉਹਦੇ ਨਾਲ ਬਹਿ ਜੀਏ ਤੇ ਉਹ ਮਾਂ ਦੀ ਜਿਹਦੀ ਮੈਂ ਗੱਲ ਕਰਦਾ ਸੀ ਉਹ ਮਾਂ ਨੂੰ ਜਦੋਂ ਮੈਂ ਦੇਖਿਆ ਸੀ ਨਾ ਅਨਮੋਲ ਮਨੂੰ ਮੈਂ ਬੜਾ ਔਖਾ ਹੋਇਆ ਮਾਂ ਉਸ ਤੇ ਗੱਲ ਸਿਰਫ ਮੰਨਣ ਦੀ ਆ ਉਹ ਕਿਸੇ ਦੀ ਆ ਜੇ ਗੱਲ ਮੰਨੀਏ ਤਾਂ ਮੇਰੀ ਮਾਂ ਆ ਤਕਲੀਫ ਇਸ ਤੋਂ ਵੱਧ ਹੋਰ ਕੀ ਹੋਊ ਪੰਜਾਬ ਦੀਆਂ ਉਹਨਾਂ ਸ਼ੇਰਨੀਆਂ ਮਾਵਾਂ ਦੇ ਛਾਤੀਆਂ 'ਚ ਕੀੜੇ ਪੈ ਗਏ ਬਾਈ ਫਿਰ ਸਾਡਾ ਸਿਸਟਮ ਕਿੱਥੇ ਐਗਜ਼ਿਸਟ ਕਰਦਾ ਸਿਸਟਮ ਨੂੰ ਐਗਜ਼ਿਸਟ ਕਰਨ ਨੂੰ ਕਿਹਨੇ ਹਟਾਇਆ ਬਾਈ ਕੌਣ ਸੀ ਉਹ ਲੋਕ ਪੋਲੀਟੀਕਲ ਲੋਕ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ ਭੀਮrao Ambedkar ਜੀ ਨੇ ਅੱਜ ਤੋਂ 70-75 ਸਾਲ ਪਹਿਲਾਂ ਸੰਵਿਧਾਨ ਬਣਾਇਆ ਸੰਵਿਧਾਨ 'ਚ ਬਰਾਬਰੀਤਾ ਦਿੱਤੀ ਜੀ ਹਰੇਕ ਧਰਮ ਨੂੰ ਹਰੇਕ ਜਾਤ ਨੂੰ ਊਚ ਨੀਚ ਨੂੰ ਸਾਰਿਆਂ ਨੂੰ ਬਰਾਬਰ ਤਰ ਦਿੱਤੀ। ਪਰ ਅੱਜ ਆਪਾਂ ਜੇ ਜਾ ਕੇ ਗੱਲ ਕਰੀਏ ਕਿੰਨੀਆਂ ਸਾਨੂੰ ਅਲੱਗ-ਅਲੱਗ ਕੈਟਾਗਰੀਆਂ 'ਚ ਵੰਡ ਦਿੱਤਾ ਗਿਆ। ਇਹ ਐਸਸੀ ਕੋਟਾ, ਬੀਸੀ ਕੋਟਾ ਕਿੰਨੇ ਕੋਟੇ ਬਣਾਤੇ ਆ ਬਾਈ ਸਾਡੇ। ਫਿਰ ਸੰਵਿਧਾਨ ਦੇ ਤਾਂ ਅਸੀਂ ਆਪ ਹੀ ਖਿਲਾਫ ਜਾ ਖੜੇ ਆ। ਫਿਰ ਦੂਸਰੀ ਗੱਲ ਆ ਅੱਜ ਗਰੀਬ ਬੰਦਾ ਜੇ ਕਹੀਏ ਨਾ ਵੀ ਆਇਸ਼ਮਾਨ ਕਾਰਡ ਲੈ ਕੇ ਇਲਾਜ ਕਰਾਉਣ ਚਲੇ ਜਾਓ ਤੁਸੀਂ ਤਾਂ ਰੋਜ਼ ਫੀਸ ਕਰਦੇ ਜਾਨੀ ਕਿ ਉਹ ਗਰੀਬ ਨੂੰ ਇਹ ਵੀ ਸਮਝਾਉਣਾ ਔਖਾ ਵੀ ਤੇਰਾ ਇਲਾਜ ਇਦਾਂ ਹੋ ਸਕਦਾ ਉਹਨੂੰ ਬਲੀਵ ਹੀ ਨਹੀਂ ਆਉਂਦਾ ਵੀ ਮੇਰਾ ਇਸ ਕਾਰਡ ਤੋਂ ਇਲਾਜ ਹੋ ਸਕਦਾ ਉਹਦਾ ਵੀ ਵੱਡਾ ਸਕੈਮ ਹੈ ਬਾਈ ਕਿ ਉਹ ਚੋਂ ਕਾਰਡ ਚੋਂ ਹੀ ਪੈਸੇ ਕੱਟ ਲਏ ਹੋਰ ਪੈਸੇ ਵੀ ਮੰਗ ਲਈ ਅਵੇਰਨੈਸ ਹੀ ਹੈ ਨਹੀਂ ਅਵੇਰਨੈਸ ਹੀ ਹੈ ਨਹੀਂ ਉਹਨੂੰ ਗਰੀਬ ਨੂੰ ਪਤਾ ਹੀ ਨਹੀਂ ਮੇਰੇ ਕਾਰਡ ਚੋਂ ਕਿੰਨੇ ਪੈਸੇ ਡਾਕਟਰ ਨੇ ਕੱਟ ਲਏ ਉਹਨੂੰ ਐ ਲੱਗਦਾ ਵੀ ਮੇਰਾ 50000 ਵਾਲਾ ਕੰਮ ਡਾਕਟਰ ਨੇ 25 ਚ ਕਰਤਾ ਪਰ ਐ ਨਹੀਂ ਪਤਾ ਡਾਕਟਰ ਨੇ 50 ਉਧਰੋਂ ਵੀ ਕੱਟ ਲਿਆ 25 ਤੇ ਤੋਂ ਵੀ ਲੈ ਲਿਆ 75 ਲੈ ਲਿਆ ਉਹਨੇ ਤਾਂ 50 ਹੀ ਬਿਲਕੁਲ ਬਿਲਕੁਲ ਉਹ ਉਹੀ ਚੀਜ਼ ਹੈ ਨਾ ਵੀ ਹਰ ਇੱਕ ਇਨਸਾਨ ਅੱਜ ਦੇ ਸਮੇਂ 'ਚ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਤੇ ਠੱਗਿਆ ਹੋਇਆ ਇਨਸਾਨ ਫਿਰ ਕਹਿੰਦੇ ਨਹੀਂ ਚਾਹ ਦਾ ਫੂਕਾ ਲੱਸੀ ਵੀ ਫੂਕਾ ਮਾਰ ਮਾਰ ਪੀਂਦਾ ਬੰਦਾ ਤਾਂ ਫਿਰ ਉਹ ਵਿਸ਼ਵਾਸ ਨਹੀਂ ਕਰਦਾ ਕਿਸੇ ਤੇ ਮੈਂ ਆਪਣੀ ਜ਼ਿੰਦਗੀ ਦਾ ਵੀ ਅੱਗੇ ਬਹੁਤ ਵੀ ਸ਼ੇਅਰ ਕਰਦਾ ਵੀ ਜਦੋਂ ਸਾਡੇ ਨਾਲ ਹੋਈ ਪਾਪਾ ਬਿਮਾਰ ਹੋਏ ਤਾਂ ਮਤਲਬ ਅਸੀਂ ਵੀ ਵਿਸ਼ਵਾਸ ਕਰਨੋਂ ਹਟ ਗਏ ਸੀ ਦੁਨੀਆ ਤੇ ਵੀ ਜਦੋਂ ਹਰੇ ਪੈਸੇ ਐਨ ਲੱਗਦੇ ਸੀ ਪੈਸੇ ਹੀ ਮੁੱਖ ਆ ਸਾਰਾ ਕੁਝ ਨਾ ਪੈਸੇ ਤੋਂ ਬਿਨਾਂ ਕੁਝ ਵੀ ਨਹੀਂ ਪਰ ਅਕਾਲਪੁਰਖ ਵਾਹਿਗੁਰੂ ਨੇ ਜਿਹੜੀ ਸੇਵਾ ਬਖਸ਼ੀ ਆ ਇਹ ਤਾਂ ਮਤਲਬ ਇਹ ਗਿਆਨ ਨਹੀਂ ਦਿੱਤੀ